ਜਿੰਨੀ ਤੁਹਾਨੂੰ ਵੀ ਖੁਸ਼ੀ ਲੱਗਦੀ ਹੈ ਸਾਨੂੰ ਵੀ ਓਨਾ ਹੀ ਚਾਅ ਹੈ। ਇਹ ਜਿਹੜੀਆਂ ਐਫ ਆਈ ਆਰਾਂ ਦਰਜ ਹੁੰਦੀਆਂ ਨਾ ਲੋਕਾਂ ਦੇ ਖਾਤਰ, ਉਹ ਤਾਂ ਮੈਡਲ ਹੁੰਦੇ ਆ। ਜੇ ਲੋਕਾਂ ਦੇ ਖਾਤਰ ਤੁਸੀਂ ਕੋਈ ਆਵਾਜ਼ ਉਠਾਉਂਦੇ ਆ ਤੇ ਉਹਦੇ ਸਰਕਾਰਾਂ ਤਾਨਾਸ਼ਾਹੀ ਜੇ ਆਪ ਕਰਦੀਆਂ, ਕਿਹੜੀ ਧਾਰਾ ਲਾਈ ਹੈ ਕੋਈ 353 186 ਹੋਰ ਇਹੋ ਜਿਹੀ ਪਤਾ ਨਹੀਂ ਕਿਹੜੀ ਆਈ ਪੀ ਐਸ ਦੀ ਲਾਈਆਂ ਹੈ ਆਈ ਪੀ ਸੀ ਦੀਆਂ। ਪਰ ਅੱਜ ਇਹ ਸਾਬਤ ਹੋ ਗਿਆ ਵੀ ਇਹ ਬਦਲਾਅ ਹੈ ਜਿਹੜਾ, ਉਹਦੇ ਬਾਰੇ ਤੁਹਾਨੂੰ ਵੀ ਗਿਆਨ ਹੋ ਗਿਆ, ਤੁਸੀਂ ਵੀ ਸਾਰੇ ਸੀ। ਅਤੇ ਜਿਹੜਾ ਲੋਕਾਂ ਦੀ ਹੱਕ ਦੀ ਗੱਲ ਕਰੂਗਾ, ਜਿਹੜਾ ਲੋਕਾਂ ਦੇ ਕੰਮ ਦੀ ਗੱਲ ਕਰੂਗਾ, ਉਹਦੇ ਖਿਲਾਫ ਇਸੇ ਤਰੀਕੇ ਨਾਲ ਐਫ ਆਈ ਆਰਾਂ ਦਰਜ ਹੋਣਗੀਆਂ। ਮੈਂ ਇੱਕ ਗੱਲ ਪਿਆਰ ਨਾਲ ਪਹਿਲਾਂ ਪੁੱਛਣਾ ਚਾਹੁੰਦਾ, ਇਹ ਬਦਲਾਅ ਦੀ ਸਰਕਾਰ ਨੂੰ ਸਾਰਾ ਪੰਜਾਬ, ਸਾਰਾ ਕਿਸਾਨ ਦੇਖ ਰਿਹਾ ਸੀ ਸਰਕਾਰ ਵੱਲ, ਅੱਖਾਂ ਲਾਈ ਬੈਠਾ ਸੀ, ਪਰ ਇਹਨਾਂ 'ਚ ਜਾਨ ਨਹੀਂ ਸੀ, ਲੱਤਾਂ ਕੰਬਦੀਆਂ ਸੀ ਇਹਨਾਂ ਦੀ। ਸਾਹਮਣੇ ਗੋਲੀ ਵੱਜ ਕੇ ਕਿਸਾਨ ਮਰਿਆ, ਮਜ਼ਦੂਰ, ਇਹਨਾਂ ਤੋਂ ਐਫ ਆਈ ਆਰ ਦਰਜ ਨਹੀਂ ਹੋਈ। ਅੱਜ ਵੀ 0 ਐਫ ਆਈ ਆਰ ਦਰਜ ਹੋਈ ਹੈ, 0 ਐਫ ਆਈ ਆਰ ਜਿਹਨੂੰ ਨਾਂ ਦਿੱਤਾ ਹੈ। ਉਹਨਾਂ ਦਾ ਮੁੰਡਾ ਜਿਨ੍ਹਾਂ ਦਾ ਮਾਰਿਆ ਗਿਆ, ਉਹਨਾਂ ਨੂੰ ਅੱਜ ਤੱਕ ਪਰਚਾ ਦਰਜ ਕਰਕੇ ਇਨਸਾਫ਼ ਨਹੀਂ ਦੇ ਸਕੇ। ਪਰ ਜੇ ਅਸੀਂ ਗੱਲ ਕੀਤੀ ਲੋਕਾਂ ਦੀ, ਤੇ ਜਿਹੜਾ ਕਿ ਹਾਸੇ ਵਾਲੀ ਗੱਲ ਇੱਕ ਹੋਰ ਆ, ਇਹ ਕਾਰਪੋਰੇਸ਼ਨ ਵਾਲੇ ਕਮਿਸ਼ਨਰ ਸਾਹਿਬ ਤੇ ਇਹਨਾਂ ਦੇ ਅਫਸਰ ਅੰਦਰੋਂ ਦੋ ਤਾਲੇ ਲਾਈ ਬੈਠੇ ਸੀ, ਪਹਿਲਾਂ ਹੀ ਤੁਹਾਡੇ ਮੀਡੀਆ 'ਚ ਆਇਆ, ਐਡੇ ਮੋਟੇ ਤਾਲੇ ਅੰਦਰੋਂ ਲਾਈ ਬੈਠੇ ਸੀ, ਜਿੱਥੇ ਕਿ ਅਸੀਂ ਤਾਂ ਲੋਕਾਂ ਦੀਆਂ ਗੱਲਾਂ ਕਰਨ ਗਏ ਸੀ, ਅਸੀਂ ਤਾਂ ਲੋਕਾਂ ਦੇ ਕੰਮਾਂ ਖਾਤਰ ਗਏ ਸੀ ਬਈ। ਦੂਜੀ ਗੱਲ ਇੱਕ ਹੋਰ ਬੜਾ ਧਿਆਨ ਨਾਲ ਸਰਕਾਰ ਸੁਣ ਲਈ, ਇਹ ਤਾਂ ਇੱਕ ਕਾਰਪੋਰੇਸ਼ਨ ਦੇ ਗਏ ਨਾ, ਅਗਲੇ ਗੱਲ ਜਿੱਥੇ ਨੀਲੇ ਕਾਰਡ ਕੱਟੇ ਗਏ, ਸਮਾਰਟ ਕਾਰਡ ਗਏ, ਅਗਲਾ ਉੱਥੇ ਜਾ ਕੇ ਤਾਲਾ ਲਾਵਾਂਗੇ। ਉਦੋਂ ਬਾਅਦ ਜਿੱਥੇ ਬਿਜਲੀ ਦੇ ਮੀਟਰ ਨਹੀਂ ਲੱਗਦੇ, ਉਹਨਾਂ ਦੇ ਤਾਲਾ ਲਾਵਾਂਗੇ। ਗਲਾਡਾ 'ਚ ਜਿੱਥੇ ਠੱਗੀਆਂ ਹੁੰਦੀਆਂ, ਡਾਕੇ ਵੱਜਦੇ ਆ, ਉੱਥੇ ਜਾ ਕੇ ਤਾਲੇ ਲਾਵਾਂਗੇ। ਜਿੱਥੇ ਸਿਵਲ ਹਸਪਤਾਲ, ਜੋ ਕਿਸੇ ਮਰੀਜ਼ ਦਾ ਇਲਾਜ ਨਹੀਂ ਹੁੰਦਾ, ਉਹਦੇ ਦਫ਼ਤਰ ਜਾ ਕੇ ਤਾਲੇ ਲਾਵਾਂਗੇ, ਜਿੱਥੇ ਅਫਸਰ ਬੈਠੇ ਆ। ਇਹ ਤਾਂ ਸ਼ੁਰੂਆਤ ਆ, ਕਿੱਥੇ ਕਿੱਥੇ ਰੋਕੋਗੇ? ਜਿੱਥੇ ਤੁਹਾਡੀ ਲੁੱਟ, ਬੀ ਡੀ ਓ ਜਿੱਥੇ ਲੁੱਟ ਮਚਾ ਰਹੇ ਆ, ਬੀ ਡੀ ਪੀ ਓ ਜਿੱਥੇ ਲੁੱਟ ਮਚਾ ਰਹੇ ਆ, ਉਹਨਾਂ ਦੇ ਤਾਲੇ ਲਾਵਾਂਗੇ। ਜਿੱਥੇ ਲਾਇਸੈਂਸ ਬਣਾਉਣ ਦੇ ਪੈਸੇ ਲਏ ਜਾਂਦੇ ਆ, ਉੱਥੇ ਤਾਲੇ ਲਾਵਾਂਗੇ। ਜਿੱਥੇ ਤੁਸੀਂ ਅੱਜ ਤੱਕ ਕੋਈ ਸ਼ਗਨ ਸਕੀਮ ਨਹੀਂ ਦਿੱਤੀ, ਅੱਜ ਤੱਕ ਤੁਸੀਂ ਬੁਢਾਪਾ ਪੈਨਸ਼ਨ 2500 ਨਹੀਂ ਦਿੱਤੀ, ਉਹ ਖੋਲ੍ਹਣੇ ਕਾਹਦੇ ਲਈ ਆ? ਉਹਦੇ ਲਾਵਾਂਗੇ। 1000 ਰੁਪਈਆ ਜਿਹੜੀਆਂ ਲੇਡੀਜ਼ ਨੂੰ, ਸਾਰੀਆਂ ਨੂੰ ਨਾਲ ਲੈ ਕੇ ਉੱਥੇ ਤਾਲੇ ਲਾਵਾਂਗੇ। ਕਿਹੜਾ ਕਿਹੜਾ ਤਾਲਾ ਰੋਕ ਲਉਂਗੇ? ਕੀਤਾ ਹੀ ਕੁਛ ਨਹੀਂ। ਦੂਜਿਆਂ ਦੇ ਪੇਪਰ ਦੀ ਗੱਲ ਕਰਨੇ, ਉਹ ਆਪਦਾ ਤਾਂ ਸਲੇਟ ਖਾਲੀ ਪਈ ਆ, ਇੱਕ 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 ਕੋਈ ਆਂਸਰ ਹੀ ਨਹੀਂ ਲਿਖਿਆ ਹੋਇਆ, ਤੇ ਕਿਹਨੂੰ ਰੋਕ ਲਉਂਗੇ ਤੁਸੀਂ? ਹਰੇਕ 'ਤੇ ਤਾਲੇ ਜੜਾਂਗੇ ਐਫ ਆਈ ਆਰ। ਇਹ ਤਾਂ ਬਹੁਤ ਤੁਸੀਂ ਯਾਰ, ਬਹੁਤ ਐਫ ਆਈ ਆਰ 350 ਕੁ ਜਾਣੇ ਤੁਸੀਂ ਨਾਲ ਲਿਖੇ ਆ, ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਨਾਲ, ਇਹ ਤਾਂ ਹਜ਼ਾਰਾਂ ਜਾਣੇ ਜਾਣਗੇ ਗ੍ਰਿਫਤਾਰੀਆਂ ਦੇਣ। ਕਿਹਨੂੰ ਕਿਹਨੂੰ, ਕਿੱਥੇ ਕਿੱਥੇ, ਕਿਹੜੀ ਕਿਹੜੀ ਜੇਲ੍ਹ 'ਚ ਰੋਕੋਗੇ ਤੁਸੀਂ? ਕਿਹੜੀਆਂ ਜੇਲ੍ਹਾਂ ਭਰੋਗੇ ਤੁਸੀਂ? ਉਦੋਂ ਬਾਅਦ ਲਾਅ ਐਂਡ ਆਰਡਰ 'ਤੇ ਲਾ ਲਓ, ਕਿੰਨੇ ਸ਼ੂਟ ਆਊਟ ਹੋ ਚੁੱਕੇ ਤੁਹਾਡੇ ਮੂਹਰੇ, ਤੁਸੀਂ ਕਵਰ ਕਰਦੇ ਹੋ ਰੋਜ਼ ਕਿੰਨੀਆਂ ਚੇਨੀਆਂ ਖੋਹੀਆਂ ਜਾਂਦੀਆਂ, ਕਿੰਨੇ ਡਾਕੇ ਮੱਝਦੇ ਆ, ਕਿੰਨੇ ਲੋਕ ਮਾਰੇ ਜਾਂਦੇ ਆ, ਥਾਣਿਆਂ ਨੂੰ ਤਾਲੇ ਲਾਵਾਂਗੇ। ਇਸ ਕਰਕੇ ਇੱਕ ਚੀਜ਼ ਤਾਂ ਦੱਸੋ, ਜਿਹੜਾ ਬੁੱਢਾ ਦਰਿਆ ਏ, 650 ਕਰੋੜ ਰੁਪਈਆ ਜਿਹੜਾ ਅਸੀਂ ਲੈ ਕੇ ਆਏ ਸੀ, ਉਹਨੂੰ ਖਾ ਗਏ, 14 ਕਰੋੜ ਦੀਆਂ ਫੈਂਸਿੰਗਾਂ ਖਾ ਗਏ, ਉਹਦੇ ਤਾਲੇ ਲਾਵਾਂਗੇ। ਸਭ ਤੋਂ ਜ਼ਰੂਰੀ, ਮੈਨੂੰ ਸਰਕਾਰ ਜਵਾਬ ਦੇ ਦੇ ਅਤੇ ਉਰੇ ਦਾ ਐਡਮਿਨਿਸਟ੍ਰੇਸ਼ਨ ਜਵਾਬ ਦੇ ਦੇ, ਜਿਹੜੇ ਐਮ ਐਲ ਏ
ਸਰਕਾਰ ਦੇ ਤਾਲੇ ਲਾਏ ਹੋਏ ਤੁਸੀਂ ਦਿਖਾਏ ਸਭ ਨੇ, ਸਰਕਾਰ ਦੇ ਤਾਲੇ ਲਾਏ ਹੋਏ ਉਹਨਾਂ ਨੂੰ ਕੀ ਕਹਿੰਦੇ ਆ ਜੀ, ਜਿਹੜਾ ਸੀਲਿੰਗ 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 ਕੀਤੀ ਹੋਈ ਇਹ MLA ਉਹ ਤਾਲੇ ਸਰਕਾਰ ਦੇ ਤੋੜਦੇ ਰਹੇ ਆ, ਤੇ ਸਰਕਾਰ ਇੰਨੀ ਨਿਕੰਮੀ, ਉਰੇ ਦੇ ਅਫਸਰ ਇੰਨੇ ਨਿਕੰਮੇ, ਇਹਨਾਂ 'ਤੇ ਜਾਨ ਨਹੀਂ, ਜਿਹੜੇ ਸੀਲ ਕੀਤੇ ਹੋਏ ਤਾਲੇ ਉਹ MLA ਉਰੇ ਗੁੰਡੇ ਬਣ ਕੇ ਤੋੜਦੇ ਆ, ਗੁੰਡੇ ਬਣ ਕੇ। ਅਤੇ ਕਿਹੜਾ ਪਰਚਾ ਦਰਜ ਹੋਇਆ ਜੀ ਅੱਜ ਤੱਕ, ਕਿਹੜੀ ਕਾਰਵਾਈ ਹੋਈ? ਇਹ ਆ ਮਾਫੀਆ, ਇਹ ਸਾਨੂੰ ਗੱਲਾਂ ਕਰਦੇ ਆ, ਇਹ ਮਾਫੀਆ ਹੈ ਵੀ ਜਿਹੜਾ ਸਰਕਾਰ, ਜਿਹੜੀ ਸਰਕਾਰ ਪਹਿਲਾਂ ਰਲ ਕੇ ਕਮਿਸ਼ਨਰ ਭੇਜਦਾ ਤਾਲੇ ਲਾਉਣ, ਸੀਲਾਂ ਲਾਉਣ, ਅਤੇ ਇਵੇਂ ਇਹਦੇ MLA ਆਪ ਕੱਟਦੇ ਆ ਵੀ ਲਾਓ ਸਾਡੇ ਤਾਲਾ ਕਿਹੜਾ ਲਾ ਸਕਦਾ, ਆਹ ਲਓ ਅਸੀਂ ਤੋੜਦੇ ਹਾਂ। ਅਤੇ ਉਦੋਂ ਇਹਨਾਂ ਦੇ ਥਾਣੇ ਕਿੱਥੇ ਗਏ ਹੁੰਦੇ ਆ, ਉਦੋਂ ਇਹਨਾਂ ਦੇ ਅਫਸਰ ਕਿੱਥੇ ਗਏ ਹੁੰਦੇ ਆ, ਜਵਾਬ ਮੰਗਿਓ ਤਾਂ ਜਰਾ, ਜਵਾਬ ਮੰਗਿਓ ਅਫਸਰਾਂ ਤੋਂ, ਉਹਦੇ ਲਈ ਇਨਕੁਆਇਰੀਆਂ ਤੁਹਾਡੀਆਂ ਬਹਿੰਦੀਆਂ ਹੈ। ਅਤੇ ਜੇ ਅਸੀਂ ਤਾਲੇ ਲੋਕਾਂ ਦੇ ਕੰਮ ਲਈ ਖੋਲ੍ਹਣ ਜਾਂਦੇ ਹਾਂ ਜਿਹੜੇ ਤੁਹਾਡੇ ਲਾਏ ਹੋਏ ਨੇ, ਅਤੇ ਜੇ ਅਸੀਂ ਬੰਦ ਕਰਨ ਜਾਂਦੇ ਹਾਂ ਤੁਹਾਡੀ ਜਿਹੜੀ, ਜਿੱਥੇ ਤੁਸੀਂ ਸਿਰਫ ਲੁੱਟ ਮਾਰ ਕਰਦੇ ਹੋ ਬਹਿ ਕੇ, ਤੁਹਾਡੀ ਲੁੱਟ ਮਾਰ ਨੂੰ ਤਾਲੇ ਲਾਉਣ ਜਾਂਦੇ ਹਾਂ ਲੋਕਾਂ ਦੇ ਕੰਮਾਂ ਨੂੰ ਨਹੀਂ, 95 ਬੰਦਿਆਂ ਦੀਆਂ ਮੋਹਰਾਂ ਤੁਸੀਂ ਲੈ ਕੇ, 95 ਕੌਂਸਲਰਾਂ ਦੀਆਂ ਮੋਹਰਾਂ ਲੈ ਕੇ ਤੁਸੀਂ ਇੱਕ ਡਰੋਰ 'ਚ ਰੱਖ ਲਈਆਂ। ਹਾਂ ਸਿਲੈਕਸ਼ਨ ਕਰਾਈ ਹੁੰਦੀ ਜੀ, ਸੱਦ ਕੇ ਕਰਾਉਂਦੇ, ਉਹਨਾਂ ਦਾ ਹੱਕ ਬਣਦਾ ਸੀ, ਤੁਹਾਡੇ ਜਿੱਤਦੇ ਸਾਡੇ ਜਿੱਤਦੇ, ਪਰ ਤੁਸੀਂ 95 ਬੰਦੇ ਦੀਆਂ ਮੋਹਰਾਂ ਇੱਕ ਦਰਾਜ 'ਚ ਬੰਦ ਕਰਕੇ ਚਾਬੀ ਲਾਈ ਹੋਈ ਆ, ਉਹਦਾ ਕੌਣ ਜਵਾਬ ਦੇ ਰਿਹਾ? ਭਗੌੜਿਓ, ਇਲੈਕਸ਼ਨਾਂ ਤੋਂ ਤੁਸੀਂ ਭੱਜੇ ਹੋਏ ਹੋ, ਇਲੈਕਸ਼ਨ ਤੁਸੀਂ ਅੱਜ ਤੱਕ ਕਰਾ ਨਹੀਂ ਸਕੇ, ਤੁਸੀਂ ਸਾਡੀਆਂ ਗੱਲਾਂ ਕਰਦੇ ਹੋ, ਗ੍ਰਿਫਤਾਰੀ ਜਿੱਥੇ ਮਰਜ਼ੀ ਗ੍ਰਿਫਤਾਰ ਕਰਵਾ ਬੈਠੇ ਹਾਂ, ਗ੍ਰਿਫਤਾਰੀ ਤੋਂ ਕੌਣ ਡਰਦਾ ਯਾਰ? ਕੀ ਕਹਿ ਜਿਹੀਆਂ ਗੱਲਾਂ ਕਰਦੇ ਹੋ, ਪਹਿਲਾਂ ਸੱਤ ਮਹੀਨੇ ਲਾ ਕੇ ਆਏ ਆ, ਤੁਹਾਡੀ ਗ੍ਰਿਫਤਾਰੀ ਤੋਂ ਡਰਦੇ ਆ? ਜਿੰਨੇ ਮਰਜ਼ੀ ਗ੍ਰਿਫਤਾਰ ਕਰੋ, ਹਜ਼ਾਰਾਂ ਦੀ ਗਿਣਤੀ ਗ੍ਰਿਫਤਾਰੀ ਦੇਣ ਜਾਵਾਂਗੇ, ਦੇਖਿਓ ਕਰਨ ਗ੍ਰਿਫਤਾਰ ਜਿਹਨੂੰ ਕਰ ਸਕਦੇ ਆ, ਹੱਥ ਕੜੀਆਂ ਮੁੱਕ ਜਾਣਗੀਆਂ। ਉਹ ਰਲੇ ਹੋਏ ਹੋ ਸਭ ਨਾਲ, ਦਲਾਲੀਆਂ ਕਰਦੇ ਹੋ ਤੁਸੀਂ, ਤੁਸੀਂ ਸਾਡੇ 'ਤੇ FIR ਦਰਜ ਕਰਦੇ ਹੋ, ਇੰਨੀ ਛੇਤੀ ਚਿੜ ਗਏ? ਹਜੇ ਤਾਂ ਇੱਕ ਭਗੌੜੇ ਬਾਰੇ ਨਾਂ ਲਿਆ ਸੀ, ਹਜੇ ਤਾਂ ਇੱਕ ਭਗੌੜੇ ਬਾਰੇ ਨਾਂ ਲਿਆ ਸੀ ਜਿਹੜਾ ਪੰਜਾਬ ਨੂੰ ਲੁੱਟ ਕੇ ਗਿਆ, ਦੇਖਿਓ ਸੀ ਅੱਗੇ ਅੱਗੇ ਕਿਵੇਂ ਲਿਸਟਾਂ ਖੋਲ੍ਹਦੇ। ਤੁਸੀਂ ਸਮਝਦੇ ਕਿਉਂ ਵੀ FIR ਨਾਲ ਡਰ ਜਾਂਗੇ? ਅਸੀਂ ਕੋਈ ਬਦਮਾਸ਼ ਹਾਂ, ਗੁੰਡੇ ਹਾਂ ਜਿਨ੍ਹਾਂ ਨੂੰ ਤੁਸੀਂ ਭਜਾ ਲਓਗੇ FIR ਦਰਜ ਕਰਕੇ? ਕਿਹੜੀ ਤੁਸੀਂ ਗਲਤ ਫਹਿਮੀਆਂ 'ਚੋ ਯਾਰ, ਤੁਹਾਡੀ ਨਵੀਂ ਸਰਕਾਰ ਬਣੀ ਆ, ਤੁਸੀਂ ਅਣਜਾਣ ਬੰਦੇ ਹੋ, ਤੁਸੀਂ ਸੋਚਦੇ ਵੀ ਇੱਕ ਪਰਚਾ ਹੀ ਸਭ ਕੁਛ ਹੁੰਦਾ, ਇੱਕ ਵਿਜੀਲੈਂਸ ਹੁੰਦੀ ਆ, ਉਹਨੂੰ ਵਰਤ ਲਓ। ਉਹੋ ਜਿਹੇ ਨਿਖੱਟੂ ਅਫਸਰ ਨੇ, ਅਫਸਰਾਂ ਨੂੰ ਵੀ ਪੁੱਛ ਲਾਂਗੇ ਫਿਰ ਤੁਸੀਂ ਕਿੱਥੇ ਜਾਓਗੇ ਬਈ, ਇਹ ਤਾਂ ਜਾਣਗੇ ਜਿੱਥੇ ਜਾਣਗੇ, ਤੁਸੀਂ ਕਿੱਥੇ ਜਾਓਗੇ? ਤੁਹਾਨੂੰ ਨਹੀਂ ਪਤਾ ਕਾਨੂੰਨ ਕੀ ਆ, ਤੁਹਾਨੂੰ ਨਹੀਂ ਪਤਾ ਕਾਇਦਾ ਕੀ ਆ? ਜਿਹੜਾ ਕਟਰ ਚਲਾਇਆ ਤੁਸੀਂ, ਅਸੀਂ ਤਾਂ ਕਿਹਾ ਚਲੋ ਕਾਰਪੋਰੇਸ਼ਨ ਦਾ ਮੁਲਾਜ਼ਮ ਆ ਉਹ, ਵੀ ਲੁਧਿਆਣੇ ਦਾ ਏ, ਵੀ ਨਹੀਂ ਆਪਾਂ ਨਹੀਂ ਸ਼ਿਕਾਇਤ ਦਰਜ ਕਰਾਉਣੀ, ਜੋ ਉਹਨੇ ਕਟਰ ਚਲਾਇਆ ਤੁਹਾਡੇ ਮੂਹਰੇ ਚੱਲਦਾ ਕਟਰ ਦੇਖਿਆ ਕਿਤੇ? ਅਤੇ ਜੇ ਉਹ 'ਤੇ FIR ਦਰਜ ਕਰਾਈਏ ਅਸੀਂ, ਫਿਰ ਕੀ ਬਣੂਗਾ? ਦਿੱਲੀਓਂ ਹੁਕਮ ਆ ਕੇ ਤੁਸੀਂ ਸਾਡੇ 'ਤੇ FIR ਦਰਜ ਕਰਾਈ ਆ, ਬਈ ਅਸੀਂ ਇੱਕ ਗੋਰੇ ਚਿਕਨੇ ਦਾ ਨਾਂ ਲੈਤਾ, ਵੀ ਉਹ ਪੈਸੇ ਲੈ ਕੇ ਭੱਜਿਆ ਉਰੇ ਹੋ। ਭਾਈ ਜੇ ਨਹੀਂ ਭੱਜਿਆ ਤਾਂ ਤੁਹਾਡੇ ਚੈਨਲਾਂ ਦੇ ਮੂਹਰੇ ਆ ਜਾਵੇ, ਕਿੱਥੇ ਆ ਉਹ? ਮੈਂ ਤਾਂ ਤੁਹਾਨੂੰ ਪੁੱਛਦਾ ਵੀ ਉਹ ਕਿੱਥੇ ਆ? ਇੱਥੇ ਲੁਧਿਆਣੇ ਪਹਿਲਾਂ ਸੌਦੇ ਕਰਦਾ ਫਿਰਦਾ, ਤੁਸੀਂ ਕਿੱਥੇ ਆ ਹੁਣ ਉਹ? ਇਸ ਕਰਕੇ ਬਿਲਕੁਲ ਕੋਈ ਪਰਵਾਹ ਨਹੀਂ, ਹਿੱਕ 'ਚ ਵੱਜਾਂਗੇ, ਕਦੇ ਭੱਜਣ ਵਾਲੇ ਨਹੀਂ ਆ ਬੈਠੀਆਂ ਤੁਹਾਡੇ ਮੂਹਰੇ। ਅਗਲਾ ਪ੍ਰੋਗਰਾਮ ਕੀ ਹੋਊਗਾ ਉਹ ਆਉਣ ਵਾਲੇ ਦਿਨਾਂ 'ਚ ਬਣਾਵਾਂਗੇ, ਕਿਸ ਤਰੀਕੇ ਨਾਲ ਚੱਲੂ, ਪਰ ਬਿਲਕੁਲ ਕੋਈ ਕਿਸੇ ਨੂੰ ਫਿਕਰ ਨਹੀਂ FIR ਕਰਕੇ, ਕੋਈ ਭੱਜ ਜੂਗਾ ਕਰ ਲੂਗਾ। ਤੁਸੀਂ ਭਗੌੜੇ ਹੋ, ਤੁਸੀਂ ਭੱਜਦੇ ਹੋ ED ਤੋਂ ਕਿੰਨੀ ਵਾਰ ਸੱਦ ਰਿਹਾ, ਤੁਸੀਂ ਭਗੌੜੇ ਹੋ, ਤੁਹਾਡੇ MP ਭੱਜ ਗਏ ਉਹਨਾਂ ਤੋਂ, ਡਰਦੇ ਜੇਲ੍ਹਾਂ ਤੋਂ, ਤੁਸੀਂ ਨਹੀਂ ਜਾਂਦੇ।
ਤੁਸੀਂ ਨਹੀਂ ਜਾਂਦੇ ਏਜੰਸੀਆਂ ਮੂਹਰੇ ਪੇਸ਼ ਹੋਣ ਕਿਉਂਕਿ ਚੋਰ ਹੋ, ਸਾਨੂੰ ਕਾਹਦਾ ਡਰ ਆ, ਸਾਨੂੰ ਕਾਹਦਾ ਡਰ ਆ, ਅਤੇ ਕਿਹਨੂੰ ਡਰਾਉਂਦੇ ਹੋ ਤੁਸੀਂ? ਪੁੱਛੋ ਜੇ ਤੁਸੀਂ ਕੋਈ ਸਵਾਲ। ਮੈਂ ਕਹਿਣਾ ਜਿਹੜਾ ਕਰਪਸ਼ਨ ਦੀਆਂ ਹੱਦਾਂ ਨੇ, ਅੱਗੇ ਤਾਂ ਪੈਮਾਨਾ ਕੋਈ ਹੁੰਦਾ ਸੀ, ਮੀਡੀਆ ਵੀ ਲਿਖਦਾ ਸੀ, ਪਰ ਹੁਣ ਹਾਲਾਤ ਇਹ ਨੇ। ਮੈਂ ਕਰਪਸ਼ਨ ਵਾਲੀ ਗੱਲ, ਮੀਡੀਆ ਨੂੰ ਟੈਲੀਫੋਨ ਆਉਂਦੇ ਨੇ, ਇਹਨਾਂ ਦੇ ਬੰਦੇ ਬੈਠੇ ਨੇ, ਟੈਲੀਫੋਨ ਕਰਦੇ ਆ ਵੀ ਆਹ ਖਬਰ ਬੰਦ ਕਰ, ਆਹ ਖਬਰ ਤੂੰ ਲਾਈ ਕਿਵੇਂ? ਇਸ ਤਰੀਕੇ ਦੀ ਕਰਪਸ਼ਨ ਆ ਵੀ ਕਿਸੇ ਨੂੰ ਸਮਝ ਨਹੀਂ। ਅੱਗੇ ਫਿਰ ਵੀ ਕੋਈ ਕੰਮ ਜੇ ਕੋਈ ਪੋਲੀਟੀਕਲ ਬੰਦਾ ਕਹਿ ਦਿੰਦਾ ਹੋ ਜਾਂਦਾ ਸੀ। ਹੁਣ ਪਹਿਲਾਂ ਪੋਲੀਟੀਕਲ ਬੰਦਾ ਆਪ ਪੈਸੇ ਲੈਂਦਾ, ਉਹਨਾਂ ਦੇ ਦਲਾਲ ਆਪ ਪੈਸੇ ਲੈਂਦੇ ਆ, ਫਿਰ ਅਫਸਰ ਪੈਸੇ ਲੈਂਦੇ ਆ, ਫਿਰ ਅਫਸਰਾਂ ਦੇ ਦਲਾਲ ਪੈਸੇ ਲੈਂਦੇ ਆ। ਇਸ ਕਰਕੇ ਜਿਹੜੇ ਇਹਨਾਂ ਦੇ ਖਾਸ ਤੌਰ 'ਤੇ ਪਿੰਡਾਂ 'ਚ ਵਾਰਡਾਂ 'ਚ ਬੰਦੇ ਛੱਡੇ, 5 ਥਾਂ ਕਰਪਸ਼ਨ ਚੱਲ ਰਹੀ ਆ। ਇਹ ਸਿੰਗਲ ਵਿੰਡੋ ਦੀ ਗੱਲ ਕਰਦੇ ਆ ਨਾ, ਸਿੰਗਲ ਵਿੰਡੋ, ਇਸ ਵੇਲੇ ਕਰਪਸ਼ਨ ਦੀਆਂ 5 ਵਿੰਡੋਆਂ ਖੁੱਲੀਆਂ ਏ, ਇੱਕ ਦਿੱਲੀ, ਇੱਕ ਚੰਡੀਗੜ੍ਹ, ਇੱਕ ਜ਼ਿਲ੍ਹੇ 'ਚ ਲੁਧਿਆਣੇ 'ਚ, ਇੱਕ ਉਦੋਂ ਬਾਅਦ ਵਿਧਾਨ ਸਭਾ ਹਲਕਾ, ਐਂ ਕਰਪਸ਼ਨ, ਅਤੇ ਉਦੋਂ ਬਾਅਦ ਵਾਰਡਾਂ 'ਚ ਜਿਹੜੇ ਬੰਦੇ ਬੈਠੇ। 5 ਵਿੰਡੋਆਂ ਖੁੱਲੀਆਂ ਹੋਈਆਂ ਕਰਪਸ਼ਨ ਦੀਆਂ, ਤੁਸੀਂ ਅੰਦਾਜ਼ਾ ਲਾ ਲਓ ਵੀ ਹਾਲਾਤ ਕੀ ਹੋਊਗਾ, ਕਿਉਂਕਿ ਸਭ ਤੋਂ ਵੱਡਾ ਹਿੱਸਾ ਹੈ ਉਹ ਦਿੱਲੀ ਦਾ, ਫਿਰ ਚੰਡੀਗੜ੍ਹ ਮੰਤਰੀਆਂ ਦਾ, ਫਿਰ MLA ਦੇ ਆ, ਫਿਰ ਜਿਹੜੇ ਥੱਲੇ ਇਹਨਾਂ ਦੇ ਵਲੰਟੀਅਰ ਨੇ ਉਹਨਾਂ ਦਾ। ਦੇਖੋ ਇੱਕ ਗੱਲ ਮੇਰੀ ਸਮਝੋ, ਅਫਸਰਾਂ ਨੂੰ ਇਹ ਕੀ ਕਰ ਰਹੇ ਆ, ਇਹਨਾਂ ਦੇ ਦਿਮਾਗ 'ਚ ਇਹ ਆ ਵੀ ਅਸੀਂ ਅਫਸਰਾਂ ਨੂੰ ਇਸ ਤਰੀਕੇ ਨਾਲ ਉਹਨਾਂ ਦੇ ਉਹਨਾਂ ਨੂੰ ਕੱਸ ਲਈਏ, ਉਹਨਾਂ ਨੂੰ ਬੰਨ ਲਈਏ, ਵਿਜੀਲੈਂਸ ਉਹਨਾਂ ਦੇ ਉੱਤੇ ਬਿਠਾ ਕੇ ਉਹਨਾਂ ਤੋਂ ਵੀ ਉਹਨਾਂ ਨੂੰ ਕਹੀਏ ਆਪਣਾ ਹਿੱਸਾ ਲਈ ਜਾਓ, ਸਾਡਾ ਹਿੱਸਾ ਸਾਡਾ ਦੇਈ ਜਾਓ, ਇਸ ਤਰੀਕੇ ਨਾਲ ਉਹਨਾਂ ਨੂੰ ਇਹ ਬਣਾਉਣਾ ਚਲਾਉਂਦੇ ਆ ਵਲੰਟੀਅਰ ਆਪਣੇ, ਉਹ ਜਿਹੜਾ ਕਿ ਹੋਣਾ ਨਹੀਂ। ਦੂਜੀ ਗੱਲ ਰੋਕਣ ਦਾ ਗੱਲ ਕੀ ਆ, ਤਾਂ ਹੀ ਤਾਂ ਤਕਲੀਫ ਹੁੰਦੀ ਆ ਪਰਚੇ, ਜਦੋਂ ਹੁਣ ਐਜੀਟੇਸ਼ਨ 2 ਸਾਲ ਹੋ ਗਏ, ਹੁਣ ਅਸੀਂ ਸ਼ੁਰੂਆਤ ਲੁਧਿਆਣੇ 'ਚੋਂ ਕਰਤੀ, ਹੁਣ ਕੱਲ੍ਹ ਨੂੰ ਜਲੰਧਰ 'ਚ ਹੋਊ, ਅੰਮ੍ਰਿਤਸਰ 'ਚ ਹੋਊ, ਬਠਿੰਡੇ 'ਚ ਹੋਊ, ਪਟਿਆਲੇ 'ਚ ਹੋਊ, ਹਰ ਜਗ੍ਹਾ ਜਦੋਂ ਐਜੀਟੇਸ਼ਨ ਹੈ ਸ਼ੁਰੂ ਹੋਣਗੇ, ਲੋਕ ਸੜਕਾਂ 'ਤੇ ਆਉਣਗੇ। ਇੱਕੋ ਹੀ ਕੰਮ ਹੁੰਦਾ ਪੋਲੀਟੀਕਲ ਪਾਰਟੀਆਂ, ਜਦੋਂ ਸੜਕਾਂ 'ਤੇ ਆਪੋਜੀਸ਼ਨ ਪਾਰਟੀਆਂ ਆ ਜਾਣ, ਉਦੋਂ ਤੁਹਾਡੇ ਨਾਲ ਲੋਕ ਜੁੜ ਜਾਂਦੇ ਆ, ਕਿਸੇ ਨੇ ਹੋਰ ਨਹੀਂ ਉੱਤੋਂ ਆਉਣਾ ਹੁੰਦਾ, ਕਿਸੇ ਨੇ ਆ ਕੇ ਨਹੀਂ, ਇਹ ਸਾਡੇ ਵਰਗੇ ਲੋਕ ਹੀ ਨੇ ਜਿਨ੍ਹਾਂ ਨੂੰ ਇਹ ਕਰਨਾ ਪੈਂਦਾ। ਜਦੋਂ ਇੱਕ ਵਾਰ ਝਾਕਾ ਖੁੱਲ੍ਹ ਜਾਂਦਾ ਲੋਕਾਂ ਦਾ, ਪਰਚਿਆਂ ਦਾ ਡਰ ਖਤਮ ਹੋ ਜਾਊਗਾ, ਬਿਜ਼ਨਸ ਦਾ ਡਰ ਖਤਮ ਹੋ ਜਾਊਗਾ, ਲੋਕ ਆਪਣੇ ਆਪ ਬਦਲਾਅ ਲੈ ਆਉਣਗੇ। ਹਜੇ ਕੋਸ਼ਿਸ਼ ਹੈ ਇਹਨਾਂ ਦੀ ਵੀ ਪਰਚੇ ਕਰ ਕਰਕੇ ਲੋਕਾਂ ਨੂੰ ਉੱਠਣ ਨਾ ਦਈਏ, ਦੱਬ ਕੇ ਰੱਖੀਏ, ਸਪਰੈਸ ਕਰੀਏ। ਉਹ ਸਪਰੈਸ ਕਰਨ ਵਾਲਾ ਪੰਜਾਬ ਨਹੀਂ ਗਾ ਬਈ, ਪੰਜਾਬ ਨੇ ਨਹੀਂ ਹੋਣਾ। ਇਸ ਕਰਕੇ ਉਹ ਕੰਮ ਜਿਹੜਾ ਸ਼ੁਰੂਆਤ ਜਿਹੜੀ ਆ, ਉਹ ਚੰਗਿਆਰੀ ਆ ਜਿਹੜੀ, ਉਹ ਜੋਤ ਆ ਜਿਹੜੀ, ਉਹ ਲੁਧਿਆਣੇ ਉਹ ਕੱਲ੍ਹ ਪਰਸੋਂ ਦੀ ਸ਼ੁਰੂ ਹੋ ਚੁੱਕੀ ਆ। ਸਿੱਧਾ ਅਟੈਕ ਜਿਹੜਾ ਲੀਡਰਾਂ 'ਤੇ ਕੀਤਾ, ਅਸੀਂ ਛੋਟੇ ਮੋਟੇ ਦੀ ਗੱਲ ਨਹੀਂ ਕਰਦੇ ਵਿੱਚ, ਐਵੇਂ ਥੱਲੇ ਕਿਸੇ MLA ਦੀ ਗੱਲ ਕਰੀ ਜਾਈਏ ਕਿਸੇ ਦੀ, ਅਸੀਂ ਟੌਪ ਜਿਹੜਾ ਬੰਦਾ ਏ ਜਿਹਨੇ ਪੰਜਾਬ ਨੂੰ ਲੁੱਟਿਆ ਸਭ ਤੋਂ ਪਹਿਲਾਂ, ਉਹਦੇ ਉੱਤੇ ਅਟੈਕ ਕੀਤਾ, ਤਾਂ ਫਿਰ ਇਹ ਜਿਹੜੇ ਆ। ਅਤੇ ਬਾਕੀ ਵੀ ਹੁਣ ਇੱਕਦਮ ਜਿਹੜੀਆਂ ਪਾਰਟੀਆਂ ਦੇ ਲੀਡਰ ਨੇ ਹੋਰ, ਉਹਨਾਂ ਦਾ ਵੀ ਝਾਕਾ ਖੁੱਲੂਗਾ। ਮੀਡੀਆ ਦੀ ਆਜ਼ਾਦੀ ਖੋਈ ਜਾ ਰਹੀ ਹੈ, ਮੀਡੀਆ ਵਾਲੇ ਵੀ ਜਿਵੇਂ ਸੱਚ ਦਿਖਾਉਂਦੇ ਆ ਤੇ ਉਹਨਾਂ ਦਾ ਵੀ ਇਦਾਂ ਦੀ ਧਾਰਾ ਲਾ ਦਿੱਤੀ ਜਾਂਦੀ। ਦੇਖੋ ਮੀਡੀਆ ਵਾਲਿਆਂ ਨੇ ਜਿਨ੍ਹਾਂ ਨੇ ਵੀ ਖਬਰਾਂ ਦਿਖਾਈਆਂ, ਡਾਇਰੈਕਟ ਉਹਨਾਂ ਦੇ ਟੈਲੀਫੋਨ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਬਿਠਾਏ ਹੋਏ ਨੇ ਏਜੰਸੀਆਂ ਦੇ ਦਿੱਲੀਓਂ,
ਡਾਇਰੈਕਟ ਟੈਲੀਫੋਨ ਕੀਤੇ ਆ ਵੀ ਤੁਹਾਡਾ ਭਾਈ ਐਡ ਬੰਦ ਕਰ ਦਾਂਗੇ, ਤੁਹਾਨੂੰ ਔਨ ਏਅਰ ਬੰਦ ਕਰ ਦਾਂਗੇ। ਇਹ ਤੱਕ ਕਿਹਾ ਲੋਕਾਂ ਬਈ ਜੇ ਤੁਸੀਂ ਨਾ ਲਾਈ ਇਹ ਵੀਡੀਓ ਨਾ ਚਲਾਈ, ਜੇ ਤੁਸੀਂ ਚਲਾਈ ਆ ਤਾਂ ਤੁਹਾਡਾ ਇੱਕ ਵੀ ਇਸ਼ਤਿਹਾਰ ਆ ਜਿਹੜਾ ਕੱਲ੍ਹ ਤੋਂ ਬੰਦ ਕਰ ਦਾਂਗੇ। ਇਸ ਤਰੀਕੇ ਨਾਲ ਤਾਂ ਹਾਲ ਚੱਲ ਰਿਹਾ। ਪਰ ਜਿਹੜੀ ਤੁਸੀਂ ਗੱਲ ਕਹੀ ਆ ਇਹ ਬਿਲਕੁਲ ਇੱਕ 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 ਪੋਲੀਟੀਸ਼ੀਅਨ ਹੁੰਦੇ ਆ ਬਹੁਤ ਪੁਰਾਣੇ ਸਾਡੇ ਮੀਡੀਆ ਨਾਲ ਬਾਤਿਸ਼ ਸਾਹਿਬ ਹੋਣੀ, ਹੋਰ ਪੁਰਾਣੇ ਬੰਦੇ ਇਹ ਬਹੁਤ ਬੈਠੇ, ਕਦੇ ਐਂ ਨਹੀਂ ਹੁੰਦਾ ਸੀ। ਐਜੀਟੇਸ਼ਨ ਤਾਂ ਇੱਕ ਇੱਕ ਗਹਿਣਾ ਇੱਕ ਸ਼ਿੰਗਾਰ ਆ ਲੋਕਤੰਤਰ ਦਾ ਯਾਰ। ਐਜੀਟੇਸ਼ਨ ਤਾਂ ਅਸੀਂ ਪਾਰਲੀਮੈਂਟ 'ਚ ਕਰਦੇ ਹਾਂ, ਪਾਰਲੀਮੈਂਟਾਂ ਦੇ ਬਾਹਰ ਕਰਦੇ ਹਾਂ, ਉੱਥੇ ਅਸੀਂ ਜਾਂਦੇ ਹਾਂ, ਐਮ ਪੀ ਕਰਦੇ ਨੇ, ਉਹ ਜਾ ਕੇ ਸਾਨੂੰ ਅਰੈਸਟ ਕਰ ਲੈਂਦੇ ਆ, 5 ਮਿੰਟ ਬਾਅਦ ਛੱਡ ਦਿੰਦੇ ਆ। ਪਰ ਇਹ ਜਿਹੜਾ ਨਵਾਂ ਕੰਮ ਹੈ ਇਸ ਵਾਰ ਹੋਇਆ, ਇਹ ਅਸੀਂ ਅਕਾਲੀ ਦਲ ਵੇਲੇ ਵੀ ਕਰਦੇ ਰਹੇ ਹਾਂ, ਮੌਕੇ 'ਤੇ ਗ੍ਰਿਫਤਾਰ ਨਹੀਂ ਕੀਤਾ। ਬਾਅਦ 'ਚ ਚੋਰੀ, ਜਿਵੇਂ ਚੋਰ ਨਹੀਂ ਹੁੰਦੇ ਪਿੱਛੇ, ਉਦੋਂ ਇੱਕ ਬੰਦੇ ਤੋਂ ਕਿਸੇ ਤੋਂ ਗਰੀਬ ਤੋਂ ਡਰਾ ਧਮਕਾ ਕੇ ਉਹ ਤੋਂ ਜਿਹੜਾ ਹੈ ਉਹ ਤੋਂ ਅਸੀਂ ਤਾਂ ਕਿਸੇ ਨੂੰ ਹੱਥ ਹੀ ਨਹੀਂ ਲਾਇਆ। ਜਿਹੜਾ ਬੰਦੇ ਦਾ ਨਾਂ ਲਿਖਿਆ ਹੋਇਆ ਉਹਦਾ ਮੈਨੂੰ ਇਹ ਦਿਖਾਓ ਵੀ ਉਹ ਕਿੱਥੇ ਸੀ ਉਹ ਬੰਦਾ ਉਸ ਵੇਲੇ। ਸਾਰੀਆਂ ਵੀਡੀਓ 'ਚ, ਸਾਰੇ ਵੀਡੀਓ 'ਚ ਦੇਖ ਲਓ ਜਿਹਦੇ ਨਾਂ 'ਤੇ ਜਿਹਦਾ ਪਰਚਾ ਦਰਜ ਹੋਇਆ, ਕਿਸੇ ਵੀਡੀਓ 'ਚ ਦੇਖ ਲਓ ਵੀ ਕਿਸੇ ਉਹ ਮੂਹਰੇ ਹੋਵੇ, ਕਿਸੇ ਨੇ ਇਹਨੂੰ ਹੱਥ ਲਾਇਆ ਹੋਵੇ, ਤੁਸੀਂ ਦਿਖਾ ਦਿਓ, ਅਸੀਂ ਅਸੀਂ ਮੰਨਣ ਨੂੰ ਤਿਆਰ। ਪਰ ਉਹ ਕੋਈ ਫਰਕ ਨਹੀਂ, ਉਹ ਕੋਈ ਫਰਕ ਨਹੀਂ ਪਰਚਿਆਂ ਦਾ, ਜੀ ਸੱਦ ਕੇ ਕਰਨ। ਇਹ ਸਾਬਤ ਹੋ ਗਿਆ ਕਮਜ਼ੋਰ ਸਰਕਾਰ ਫਿਰ ਆਹੀ ਹੱਥਕੰਡੇ ਵਰਤਦੀ ਹੁੰਦੀ ਆ, ਉਹੀ, ਕਿਉਂਕਿ ਥੱਲਿਓਂ ਪਾ ਜਿਹੜੇ ਲੋਕ ਨੇ ਉਹ ਖਿਸਕ ਚੁੱਕੇ ਆ, ਰਿਹਾ ਨਹੀਂ ਪੱਲੇ ਕੁਛ, ਇਸ ਕਰਕੇ ਇਹ ਕੰਮ ਕਰ ਰਹੇ ਆ। ਜਮਾ ਜਾਲੀ, ਜਮਾ ਜਾਲੀ। ਤਾਂ ਹੀ ਤਾਂ ਇਹ ਕੀ ਲੋਕ ਆ, ਇੱਕ ਮੀਡੀਆ 'ਤੇ ਇੱਕ ਇਹਨਾਂ ਨੇ ਬਣਾਇਆ ਹੋਇਆ, ਲੋਕ ਹੁਣ ਤਾਂ ਗੱਲ ਕਰਨ ਲੱਗ ਗਏ, ਇਕੱਲੇ ਇਕੱਲੇ ਗੱਲ ਕਰਨ ਲੱਗ ਗਏ, ਹਰੇਕ ਖੰਭੇ 'ਤੇ ਫਲੈਕਸ, ਹਰੇਕ ਉੱਤੇ ਜਿੱਥੇ ਵੀ ਆ ਲੱਗਦੀਆਂ ਏ ਫਲੈਕਸਾਂ ਉੱਥੇ ਮੀਡੀਆ ਚੈਨਲ ਦੱਬੋ ਖੋਲ੍ਹੋ। ਉਹ ਕੱਲ੍ਹ ਕਿਸੇ ਨੇ ਸਵਾਲ ਕੀਤਾ ਇਹਨਾਂ ਨੂੰ, ਉਹ ਕਹਿੰਦੇ ਜੀ ਤੁਸੀਂ ਐਡ ਦਿਖਾਉਣੀ ਆ ਪੰਜਾਬ 'ਚ ਦਿਖਾ ਦਿਓ, ਤੁਸੀਂ ਸਾਡੇ ਗੁਜਰਾਤ 'ਚ ਕੱਲ੍ਹ ਹੀ ਐਡ ਦਿਖਾਈ, ਇਹਨੂੰ ਇੱਥੇ ਦਿਖਾਉਣ ਦਾ ਕੀ ਮਤਲਬ। ਇਸ ਤਰੀਕੇ ਨਾਲ ਪੈਸਾ ਸਿੱਟ ਰਹੇ ਆ, ਇਸ ਤਰੀਕੇ ਨਾਲ ਲੁੱਟਿਆ ਪੰਜਾਬ ਨੂੰ, ਤਾਂ ਬਰਬਾਦ ਕਰਤਾ ਪੰਜਾਬ ਨੂੰ, ਕੰਗਾਲ ਕਰਤਾ। ਜਿਹੜਾ ਪੈਸਾ ਸੀ ਪਹਿਲੀ ਵਾਰ ਸੁਣਿਆ, ਕਹਿੰਦੇ ਜੀ ਅਸੀਂ ਤਾਂ ਘਾਟੇ ਵਾਲਾ, ਤਾਂ ਦੇਖੋ ਅਸੀਂ ਕਿੰਨਾ, ਦੇਖੋ ਅਸੀਂ ਕਿਹੋ ਜਿਹਾ ਕੰਮ ਕੀਤਾ। ਪਹਿਲੀ ਵਾਰ ਘਾਟੇ ਵਾਲਾ ਥਰਮਲ ਪਲਾਂਟ, ਲੋਕ ਅੱਗੇ ਫਾਇਦੇ ਵਾਲੇ ਖਰੀਦੇ, ਅਸੀਂ ਘਾਟੇ ਵਾਲਾ ਥਰਮਲ ਪਲਾਂਟ ਖਰੀਦ ਲਿਆ। ਇਹੋ ਜਿਹੀਆਂ ਤਾਂ ਗੱਲਾਂ, ਇਹਨਾਂ ਦੇ ਕੀ ਜਵਾਬ ਦੇਈਏ ਇਹਨਾਂ ਦਾ? ਜਿਹੜੇ ਉਹਨਾਂ ਵੱਲੋਂ ਤਾਲੇ ਤੋੜੇ ਗਏ ਸੀਗੇ, ਉਹਨਾਂ ਦੇ ਤੁਸੀਂ ਵੀ ਕੋਈ ਐਫ ਆਈ ਆਰ ਕਰਾਉਣ ਦੀ ਜੱਦੋਜਹਿਦ ਕਰੋਗੇ? ਦੇਖੋ ਗੱਲ ਇਹ ਆ ਵੀ ਉਹ ਐਫ ਆਈ ਆਰ ਕਰਾਈਏ ਕਿਤੇ, ਉਹ ਸਾਡੇ ਹੀ ਮੁਲਾਜ਼ਮ ਨੇ, ਸਾਡੀ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ, ਲੁਧਿਆਣੇ ਦੇ ਨੇ, ਜਿਹੜੀ ਦੁਕਾਨਾਂ ਦੇ ਤਾਲੇ। ਹਾਂ, ਉਹ ਤੁਹਾਡੇ ਮੂਹਰੇ ਅਸੀਂ ਸਾਫ਼ ਕਹਿ ਰਹੇ ਹਾਂ ਵੀ ਜੇ ਮਾੜਾ ਮੋਟਾ ਵੀ ਇਹਨਾਂ ਦੇ, ਮਾੜਾ ਮੋਟਾ ਵੀ ਇਹਨਾਂ ਨੂੰ ਸ਼ਰਮ ਆ, ਮੈਂ ਅਫਸਰਾਂ ਨੂੰ ਕਹਿ ਰਿਹਾ, ਜੇ ਮਾੜੀ ਮੋਟੀ ਵੀ ਇਨਸਾਫ਼ ਦੀ ਗੱਲ ਆ, ਤਾਂ ਫਿਰ ਜਿਹੜੇ ਐਮ ਐਲ ਏ ਰੋਜ਼ ਧੱਕਾ ਕਰ ਰਹੇ ਆ, ਤਾਲੇ ਤੋੜ ਕੇ ਤਾਲੇ ਕੱਟਦੇ ਆ, ਸੀਲਾਂ, ਤਾਲੇ ਨਹੀਂ ਸੀਲਾਂ, ਸੀਲ ਲੱਗੀ ਹੁੰਦੀ ਆ ਪੰਜਾਬ ਉਹਦੀ ਸਰਕਾਰ ਦੀ, ਕਾਰਪੋਰੇਸ਼ਨ ਦੀ, ਆਪ ਲਵਾ ਕੇ ਮਜ਼ਾਕ ਤਮਾਸ਼ਾ ਯਾਰ, ਆਪ ਤਾਲੇ ਲਵਾ ਕੇ ਲੈਣ ਦੇਣ ਕਰਕੇ ਉਹ ਤਾਲੇ ਆਪ ਤੋੜ ਦਿੰਦੇ ਆ, ਅਤੇ ਉਹਦੇ ਉੱਤੇ ਐਫ ਆਈ ਆਰ ਦਰਜ ਦੇਖਾਂਗੇ ਕਿਵੇਂ ਨਹੀਂ ਹੁੰਦੀ। ਨਹੀਂ, ਉਹਦੇ ਲਈ ਫਿਰ ਅੱਗੇ ਐਜੀਟੇਸ਼ਨ ਸੰਘਰਸ਼ ਆ ਜਿਹੜਾ, ਉਹਦੇ ਤੋਰਾਂਗੇ ਅਸੀਂ, ਸਾਨੂੰ ਕੀ ਇਹਨਾਂ ਦੀ ਪਰਵਾਹ ਹੈ ਜੀ, ਜੇਲ੍ਹਾਂ ਭਰ ਦਾਂਗੇ, ਜੇਲ੍ਹਾਂ ਜੁਲਾਂ ਦੀ ਕੋਈ ਗੱਲ ਨਹੀਂ। ਤੁਹਾਡੇ ਪੁਰਾਣੇ ਕਾਂਗਰਸੀ ਜਿਹੜੇ ਇੱਕ ਸਾਥੀ ਦੀ ਬਿਲਡਿੰਗ ਗਾਂਧੀ ਨਗਰ ਇਲੀਗਲ ਬਣੀ ਜਾ ਰਹੀ ਹੈ, ਉਹਦੇ ਵਿੱਚ ਸੂਤਰਾਂ ਦੀ ਗੱਲ ਹੈ ਵੀ ਦੋ ਦੁਕਾਨਾਂ ਲੈ ਕੇ ਵਿਧਾਇਕ ਵੱਲੋਂ ਚਲਾਈ ਜਾ ਰਹੀ ਹੈ, ਉਹਦੇ 'ਚ ਕੋਈ ਕਾਰਵਾਈ ਨਹੀਂ ਹੋ ਰਹੀ। ਬਈ ਅਸੀਂ ਤਾਂ ਕਿੰਨੀ ਵਾਰ ਇਹ ਗੱਲ ਕਹਿਤੀ ਹੈ, ਤਾਂ ਉਹ ਵੀ ਪੁਰਾਣਾ ਕਾਂਗਰਸੀ ਜਿਹਦੀ ਤੁਸੀਂ ਗੱਲ ਕਰਦੇ ਹੋ, ਪਰ ਅਸੀਂ ਇਹਨਾਂ ਦੇ ਨਾਂ ਲੈਣਾ ਹੀ ਨਹੀਂ ਚਾਹੁੰਦੇ। ਇਹ ਇਹਨਾਂ ਦੇ ਕਿਉਂ ਮਾੜੇ ਬੰਦਿਆਂ ਦੇ ਆਪਾਂ ਨਾਂ ਲੈਂਦੇ ਹਾਂ? ਦੇਖੋ ਅਸੀਂ ਤਾਂ ਤੁਹਾਡੇ ਮੂਹਰੇ ਕਹਿਤਾ
ਗ੍ਰਿਫਤਾਰੀ ਤੋਂ ਘੱਟ ਕੋਈ ਗੱਲ ਹੀ ਨਹੀਂ। ਜਦੋਂ ਉਹਨਾਂ ਨੇ ਸਾਡੇ 'ਤੇ ਪਰਚਾ ਹੀ ਦਰਜ ਕਰਤਾ ਅਤੇ ਇੱਦੂ ਗ੍ਰਿਫਤਾਰੀ ਸਾ ਸਿਆਸਤ 'ਚ ਮੈਂ ਤੁਹਾਨੂੰ ਕਿਹਾ ਮੈਡਲ ਹੁੰਦੇ ਆ, ਸਿਆਸਤ 'ਚ ਮੈਡਲ ਹੁੰਦੇ ਆ ਅਤੇ ਇਹ ਤਗਮਾ ਹੈ। ਅਸੀਂ ਤਾਂ ਜਿਹਨਾਂ ਤੁਹਾਨੂੰ ਮੈਂ ਕਿਹਾ ਵੀ ਇੱਕ ਪਰਚਾ 100 ਪਰਚੇ ਕਰਨ ਸਾਡੇ, ਇਹ ਕੋਈ ਪਹਿਲੀ ਵਾਰ ਹੋਇਆ ਇਹੋ ਜਿਹੇ ਪਰਚੇ ਲੋਕਾਂ ਨਾਲੇ। ਅਸੀਂ ਯਾਰ ਕੋਈ ਆਪਣੇ ਜਾਇਦਾਦ ਪਿੱਛੇ ਕਰਾਇਆ, ਅਸੀਂ ਆਪਣੇ ਪਰਿਵਾਰ ਕਿਤੇ ਪਰਚਾ ਕਰਾਇਆ ਤਾਂ ਤਾਂ ਅਸੀਂ ਕਰੀਏ। ਅਸੀਂ ਤਾਂ ਲੋਕਾਂ ਦੇ ਕੰਮਾਂ ਪਿੱਛੇ ਵੀ ਲੋਕਾਂ ਨੂੰ ਸੜਕਾਂ 'ਤੇ, ਤੁਸੀਂ ਸੜਕ ਤਾਂ ਕੀ ਮੰਨਣੀ ਆ, ਪੈਰ 'ਚ ਨਹੀਂ ਲੱਗ ਕੇ ਰੋਜ਼ ਲੋਕਾਂ ਦੇ ਸਿਰ ਪਾੜ ਰਹੇ ਆ। ਰੋਜ਼ ਆਹ ਟੈਨਿਸ ਸਟੇਡੀਅਮ ਬੈਡਮਿੰਟਨ ਦਾ ਸਟੇਡੀਅਮ ਬਣਾਇਆ ਸੀ, ਅੱਜ ਤੱਕ ਨਹੀਂ ਉਹਦਾ ਕੰਮ ਹੋਇਆ, ਅੱਜ ਤੱਕ ਉਹ 'ਚੋਂ ਪੈਸੇ ਆ। ਆਹ ਜਿਹੜੇ ਜਿੰਨੇ ਵੀ ਪੁਲ ਬਣੇ ਨੇ, ਜਿੰਨੇ ਵੀ ਕੁਛ ਬਣੇ ਆ, ਉਹ ਇਹ ਡਰਦੇ ਉਹ ਤਾਂ ਉਦਘਾਟਨ ਨਹੀਂ ਕਰ ਸਕੇ ਅੱਜ ਤੱਕ ਉਹਨਾਂ ਦੇ। ਸਕੂਲ ਜਿਹੜੇ ਪਏ ਆ ਜਿਹੜੇ ਕਰੋੜਾਂ ਦੇ ਬਣੇ, ਉਹਨਾਂ ਨੂੰ ਚਲਾ ਨਹੀਂ ਸਕੇ ਅੱਜ ਤੱਕ। ਐਗਜ਼ੀਬਿਸ਼ਨ ਸੈਂਟਰ ਜਿਹੜਾ ਉਹ ਲੋਕਾਂ ਦਾ ਕੈਂਸਲ ਕਰਤਾ, ਜਿਹੜਾ ਅੱਜ ਵੀ ਇੰਡਸਟਰੀ ਆ ਵਿਚਾਰੀ ਟੈਂਟਾਂ 'ਚ ਲਾਈ ਬੈਠੀ ਆ। ਮੈਂ ਤਾਂ ਸਾਰੀ ਇੰਡਸਟਰੀ ਨੂੰ ਕਹੂੰਗਾ ਵੀ ਉੱਠੋ ਖੜੇ ਹੋ, ਆਹੀ ਮੌਕਾ ਹੁੰਦਾ ਇਲੈਕਸ਼ਨਾਂ ਦਾ ਜਦੋਂ ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕਦਾ ਹੈ। ਇਸ ਕਰਕੇ ਇਹਨਾਂ ਕੋਲ ਤਾਂ ਬੰਦੇ ਇਲੈਕਸ਼ਨ ਲੜਨ ਨੂੰ ਨਹੀਂ ਗੇ ਕੋਈ, ਇਹ ਤਾਂ ਦੂਜੀਆਂ ਪਾਰਟੀਆਂ 'ਚੋਂ ਹਰ ਜਿਵੇਂ MLA ਲੈ ਕੇ ਲੱਭਦੇ ਸੀ, ਹੁਣ MP ਦੇ ਲੱਭਦੇ ਆ, ਹਰ ਠੂਠਾ ਲੈ ਕੇ ਲੱਭਣ ਲੱਗੇ ਆ ਵੀ ਕੋਈ ਦੇ ਦਿਓ ਸਾਨੂੰ ਕੈਂਡੀਡੇਟ, ਦੇ ਦਿਓ ਸਾਨੂੰ ਕੈਂਡੀਡੇਟ। ਜੇ ਇਹਨਾਂ ਦੇ ਕੋਲ ਮਾੜਾ ਮੋਟਾ ਵੀ ਦਮ ਹੋਵੇ ਤਾਂ ਇਹ ਕੈਂਡੀਡੇਟ ਅਨਾਊਂਸ ਕਰਨ ਆਪਣੀ ਪਾਰਟੀ 'ਚੋਂ, ਲੈ ਪਾਰਟੀ 'ਚੋਂ ਜਿਹੜੇ ਇਹਨਾਂ ਦਾ ਵਲੰਟੀਅਰ ਆ, ਉਹੋ ਜਿਹੇ ਵਲੰਟੀਅਰ ਨੇ ਮੈਂ ਕਹਿ ਕੇ ਥਾਗਿਆ ਵੀ ਤੁਹਾਡੇ 'ਚ ਆਵਾਜ਼ ਨਹੀਂ ਗੀ, ਤੁਹਾਡੇ 'ਚ ਦਮ ਨਹੀਂ ਗਾ ਵੀ ਇਹ ਦੂਜੀਆਂ ਪਾਰਟੀਆਂ 'ਚੋਂ ਬੰਦੇ ਲਿਆ ਕੇ ਕਹਿੰਦੇ ਜੀ ਸਾਡੇ ਵਾਲਿਆਂ ਨੂੰ ਤਾਂ ਇਲੈਕਸ਼ਨ ਨਹੀਂ ਲੜਨ ਆਉਂਦੀ, ਇਹ ਦੂਜਿਆਂ ਦੇ ਪੱਟ ਕੇ ਲਿਆਉਂਦੇ ਆ। ਇਹ ਇਹਨਾਂ ਦਾ ਹਾਲ ਆ। ਬਿੱਟੂ ਜੀ ਹੁਣ ਪੱਪੀ ਜੀ ਨੇ ਬਿਆਨ ਦਿੱਤਾ ਹੋਗਾ ਸੈਂਟਰ ਦੇ MLA ਨੇ, ਉਹ ਕਹਿੰਦੇ ਵੀ ਇਹ ਜੇ ਸਰਕਾਰੀ ਪ੍ਰੋਪਰਟੀ ਨਾਲ ਪਏ ਛੇੜਖਾਨੀ ਕਰਨਗੇ ਐਵੇਂ ਪਰਚੇ ਪਾਣਗੇ। ਹਾਂ ਅਸੀਂ ਤਾਂ ਮੰਨਦੇ ਹਾਂ ਇਹਨਾਂ ਨੇ ਕੀਤਾ ਹੈ, ਇਹਨਾਂ ਦੇ ਪਰਚੇ ਹੋਣ, ਅਸੀਂ ਤਾਂ ਸਰਕਾਰੀ ਪ੍ਰੋਪਰਟੀ ਨੂੰ ਕੋਈ ਕੁਛ ਨਹੀਂ ਕੀਤਾ। ਹਾਂ ਇਹ ਜਿਹੜੇ ਤਾਲੇ ਤੋੜਦੇ ਆ ਸਰਕਾਰੀ ਪ੍ਰੋਪਰਟੀਆਂ 'ਤੇ ਰੋਜ਼ ਕਬਜ਼ੇ ਕਰਦੇ ਆ, ਇਹਨਾਂ 'ਤੇ ਠੀਕ ਗੱਲ ਕਹਿੰਦੇ, ਇਹਨਾਂ 'ਤੇ FIR ਹੋਣੀ ਚਾਹੀਦੀ। ਤੁਹਾਡੇ ਬਿਆਨ ਸੀਗਾ ਵੀ ਆਪਣੀ ਮਰਜ਼ੀ ਨਾਲ ਦੂਜੀਆਂ ਪਾਰਟੀਆਂ 'ਚ ਬੰਦੇ ਭੇਜੇ ਆ, ਸਾਰੇ ਸੱਟਾ ਉਹਨੂੰ ਵਾਪਸ ਬੁਲਾਉਂਦੇ, ਇਹ ਸੱਟਾ ਕੌਣ ਚਲਾਉਂਦਾ ਹੈ ਜੀ, ਇਹ ਵਿਧਾਨ ਸਭਾ ਹਲਕਿਆਂ 'ਚ ਸੱਟਾ ਕੌਣ ਚਲਾਉਂਦਾ, ਪੁੱਛਿਓ ਕਿਸੇ ਲੋਕਾਂ ਨੂੰ ਜਾ ਕੇ। ਲਾਟਰੀ ਕੌਣ ਚਲਾਉਂਦਾ, ਸਿਟੀ ਬੱਸਾਂ ਚੋਰੀ ਕਿਹਨੇ ਕੀਤੀਆਂ ਸੀ, ਸਿਟੀ ਬੱਸਾਂ ਜਦੋਂ ਮੈਂ ਕਹਿ ਕੇ ਥੱਕ ਗਿਆ, ਮੈਂ ਕਮਿਸ਼ਨਰ ਨੂੰ ਵੀ ਲਿਖੀ ਚਿੱਠੀ, 4 ਮਹੀਨੇ ਹੋ ਗਏ ਚਿੱਠੀ ਲਿਖੀ ਨੂੰ, ਅੱਜ ਤੱਕ ਕਮਿਸ਼ਨਰ ਜਵਾਬ ਨਹੀਂ ਭਾਈ ਵੀ ਇਹ ਬੱਸੀ ਸਿਟੀ ਬੱਸਾਂ ਚੋਰੀ ਕਰਕੇ ਕੌਣ ਲੈ ਗਿਆ, ਕੌਣ ਇਹਨੂੰ ਬੋਡੀਆਂ ਲਵਾ ਲਿਆ ਆ, ਕੌਣ ਇਹਦੇ ਵਿੱਚ ਬਾਥਰੂਮ ਬਣਾ ਲਿਆ ਆ, ਉਹਦਾ ਪਰਚਾ ਕਿੱਥੋਂ ਕੌਣ ਹੋਊਗਾ, ਉਹਦਾ ਧਰਨਾ ਵੀ ਲਾਵਾਂਗੇ ਹੁਣ, ਕੋਈ ਗੱਲ ਨਹੀਂ ਤਿਆਰ ਰਹੋ। ਪਰ ਗ੍ਰਿਫਤਾਰੀ ਜਦ ਮਰਜ਼ੀ ਅਸੀਂ ਕਦੇ ਵੀ ਕਿਸੇ ਗਲਤ ਫਹਿਮੀ 'ਚ ਨਹੀਂ, ਗ੍ਰਿਫਤਾਰੀ 100% ਦੇਵਾਂਗੇ, ਕਿਤੇ ਭੱਜਦੇ ਨਹੀਂ, ਹਿੱਕ ਠੋਕ ਕੇ ਦੇਵਾਂਗੇ। ਮੌਜੂਦਾ ਵਿਧਾਇਕ ਕਹਿ ਰਹੇ ਨੇ ਕਿ ਬਿੱਟੂ ਜੀ 2 ਸਾਲ ਦਾ ਰਿਪੋਰਟ, ਬਿੱਟੂ ਜੀ 10 ਸਾਲ ਦਾ ਰਿਪੋਰਟ ਕੱਢ ਦਿੰਦੇ, ਅਸੀਂ ਆਪਣਾ 2 ਸਾਲ ਦਾ ਰਿਪੋਰਟ ਕੱਢ ਦੇ ਦਿੰਦੇ ਹਾਂ, ਇਹ ਖੁੱਲ੍ਹੀ ਡਿਬੇਟ ਕਰਨ ਜਦੋਂ ਮਰਜ਼ੀ। ਅਸੀਂ ਤਿਆਰ ਹਾਂ ਇਹਨਾਂ ਦੇ ਡਿਬੇਟ ਕਰਨ ਨੂੰ, ਤਿਆਰ ਹਾਂ, MP ਸਾਹਿਬ ਨਹੀਂ ਕਰਨਗੇ, ਅਸੀਂ ਲੋਕ ਕਰਾਂਗੇ, ਜਿਵੇਂ ਜਿਹੜੇ 5 ਸਾਲ MLA ਰਹੇ ਆ ਆਸ਼ੂ ਜੀ ਕਰਨਗੇ, ਮੈਂ ਕਰਾਂਗਾ, ਡਾਬ ਸਾਹਿਬ ਕਰਨਗੇ, ਪਾਣੀ ਸਾਹਿਬ ਕਰਨਗੇ, ਜਿਹੜੇ ਮਰਜ਼ੀ ਪਲੇਟਫਾਰਮ 'ਤੇ ਆ ਜਾਣ, ਆਪਣੇ 2 ਸਾਲਾਂ ਦੇ ਕੰਮ ਲੈ ਆਉਣ, ਅਸੀਂ ਆਪਣੇ ਕੰਮ ਲੈ ਕੇ ਆਵਾਂਗੇ, ਜਦੋਂ ਮਰਜ਼ੀ ਖੁੱਲ੍ਹਾ ਚੱਲ ਜਾਣਾ ਡਿਬੇਟ ਕਰਾਂਗੇ। ਝੂਠ ਬੋਲਣਾ ਸੀਗਾ, ਕੰਮ ਕਿਹੜਾ ਕੀਤਾ 2 ਸਾਲਾਂ ਕੀਤਾ, ਨਾਲੇ ਇਹ ਗੱਲਾਂ ਤਾਂ ਯਾਰ ਅਸੀਂ ਤਿਆਰ ਹਾਂ ਜੀ, ਇਹ ਤਾਂ ਇਲੈਕਸ਼ਨ ਦਾ ਰਿਪੋਰਟ ਕਾਰਡ ਹੀ ਹੁੰਦਾ, ਉਹਨਾਂ ਦਾ ਕੱਦ ਨਹੀਂ ਇਹਨਾਂ ਨਾਲ ਡਿਬੇਟ ਕਰਨ ਦਾ, ਵੀ ਆਰ ਰੈਡੀ ਫੋਰ ਦੈਟ, ਅਸੀਂ ਕਰਾਂਗੇ। ਮਨਬਾਰ ਸਾਹਿਬ ਕਹਿੰਦੇ ਸੀ ਅਸੀਂ ਕੋਈ ਨੀਂਹ ਪੱਥਰ ਹੀ ਲਾਵਾਂਗੇ, ਹੁਣ ਤਾਂ ਕੌਂਸਲਰ ਵਾਲੇ ਕੰਮਾਂ ਦੇ ਵੀ ਉਹ ਉਦਘਾਟਨ MLA ਕਰੀ ਜਾਂਦੇ, ਤਦੇ ਕਾਰਪੋਰੇਸ਼ਨ ਨਾ ਬਣਨ ਦਿੱਤੀ, ਨਹੀਂ ਬਣਨ ਦਿੱਤੀ, ਤਦੇ ਕਾਰਪੋਰੇਸ਼ਨ ਬਣਨ ਦਿੱਤੇ MLA ਹੈ ਨਾ, ਉਹਨਾਂ ਵਾਸਤੇ ਇੱਕ ਸ਼ੇਰ ਹੈ, ਹਮਾਰੇ ਹੱਥੋਂ ਸੇ ਤਰਾਸ਼ੇ ਪੱਥਰ ਕੇ ਸਨਮ, ਆਜ ਮੰਦਿਰ ਮੇਂ ਭਗਵਾਨ ਬਨੇ ਬੈਠੇ।